ਆਲਟੋ ਕਾਰ ਦਾ ਪਾਵਰ ਸਟੀਅਰਿੰਗ ਇਹਦੀ ਫੁੱਲ ਵੀਡੀਓ ਬਣਾਵਾਂਗੇ ਪਾਵਰ ਸਟੀਅਰਿੰਗ ਦੀ। ਇਹਦਾ ਪਾਵਰ ਸਟੀਅਰਿੰਗ ਕੰਮ ਨਹੀਂ ਕਰਦਾ, ਵਿੱਚ ਦੀ ਕੰਮ ਕਰਨ ਲੱਗ ਜਾਂਦਾ, ਵਿੱਚ ਦੀ ਕੰਮ ਛੱਡ ਜਾਂਦਾ। ਇਹਦੀ ਫੁੱਲ ਵੀਡੀਓ ਪਾਵਾਂਗੇ ਪੂਰੀ ਡਿਟੇਲ ਦੇ ਵਿੱਚ ਕਿਵੇਂ ਕਿਵੇਂ ਕਨੈਕਸ਼ਨ ਹੁੰਦੇ ਨੇ। ਇਹ LX ਹੈ ਗੱਡੀ, LX ਤੋਂ LXi ਬਣਾਈ ਹੋਈ ਹੈ ਪਾਵਰ ਸਟੀਅਰਿੰਗ। ਇਹਦੀ ਫੁੱਲ ਵਰਕਿੰਗ ਦੱਸਾਂਗੇ ਕਿੱਦਾਂ ਕਿੱਦਾਂ ਕਨੈਕਸ਼ਨ ਕਰਨੇ ਨੇ ਇਹਦੇ। ਜਿਹੜਾ ਸਾਰਾ ਕੋਲਮ ਖੋਲ੍ਹ ਲਿਆ ਆਪਾਂ, ਪੂਰਾ ਸਟੀਅਰਿੰਗ ਹੀ ਖੋਲ੍ਹ ਲਿਆ। ਇੱਥੇ ਇਹਦੀ ਮੋਟਰ ਹੁੰਦੀ ਹੈ, ਜਿਹੜੀ ਮੋਟਰ ਹੈ ਇਹ ਵਾਲੀ ਮੋਟਰ ਕਿਵੇਂ ਕੰਮ ਕਰਦੀ ਹੈ ਇਹ ਵੀ ਸਾਰਾ ਦੱਸਾਂਗੇ। ਇਹਦਾ ਟੋਰਕ ਸੈਂਸਰ ਹੈ ਜਿਹੜਾ ਸਟੀਅਰਿੰਗ ਦੇ ਵਿੱਚ ਇੱਥੇ ਕੱਸਿਆ ਜਾਂਦਾ ਹੈ। ਇਹਦਾ EPS ਹੈ, EPS ਮੋਡਿਊਲ, ਇਲੈਕਟ੍ਰੋਨਿਕ ਪਾਵਰ ਸਟੀਅਰਿੰਗ ਜਿਹਨੂੰ ਕਹਿ ਦਿੰਦੇ। ਇਹ ਹੁਣ ਆਪਾਂ ਰਿਪੇਅਰ ਕਰਾਂਗੇ ਸਾਰਾ, ਇਹਨੂੰ ਦੇਖਾਂਗੇ ਕੀ ਚੱਕਰ। ਇਹਦੇ ਮੋਟਰ ਨਹੀਂ ਚੱਲ ਰਹੀ, ਡਾਇਰੈਕਟ ਵੀ ਨਹੀਂ ਚੱਲ ਰਹੀ ਮੋਟਰ। ਇਹ ਸਾਰੀ ਪਿੰਨ ਵਰਕ ਕਰ ਰਹੀ ਹੈ, ਵਧੀਆ ਸਹੀ ਵਰਕ ਕਰ ਰਹੀ ਹੈ। ਦੇਖਦੇ ਇਹਦੇ ਵਿੱਚ ਕੀ ਪ੍ਰੋਬਲਮ ਹੈ। ਇਹਦੀ ਮੋਟਰ ਹੈ, ਇਹ ਡਾਇਰੈਕਟ ਵੀ ਨਹੀਂ ਕੰਮ ਕਰਦੀ ਸੀਗੀ। ਇਹਦੇ ਵਿੱਚ ਜਿਵੇਂ ਆਪਣਾ AC ਕੰਪਰੈਸਰ ਹੁੰਦਾ ਉਸ ਤਰ੍ਹਾਂ ਇੱਕ ਕਲੱਚ ਬਣਿਆ ਹੁੰਦਾ ਇਹਦੇ ਅੰਦਰ। ਇਹ ਜਦੋਂ ਇਹ ਮੈਗਨੇਟ ਬਣਦਾ ਕਲੱਚ ਇੱਧਰ ਨੂੰ ਲੱਗ ਜਾਂਦਾ ਇਹਦੇ ਨਾਲ, ਅਤੇ ਵਰਕ ਕਰਨ ਲੱਗ ਜਾਂਦੀ ਪੂਰੀ ਮੋਟਰ। ਫਿਰ ਅੰਦਰਲਾ ਕੋਲਮ ਵੀ, ਕੋਲਮ ਦੇ ਨਾਲ ਹੀ ਜਿਹੜਾ ਆਰਮੇਚਰ ਘੁੰਮਣ ਲੱਗ ਜਾਂਦਾ, ਜਾਂ ਮੋਟਰ ਦੇ ਨਾਲ ਕਹਿ ਦਈਏ ਜਦੋਂ ਕਲੱਚ ਪੂਰਾ ਜੁੜ ਗਿਆ ਤਾਂ ਸਟੀਅਰਿੰਗ ਘੁੰਮਣ ਲੱਗ ਜਾਂਦਾ, ਵਾਈਸ ਵਰਸਾ ਦੋਨੋਂ। ਇਹਨੂੰ ਦੇਖਾਂਗੇ ਹੁਣ ਕੀ ਪ੍ਰੋਬਲਮ ਇਹਦੇ ਵਿੱਚ। ਇਹ ਮੋਟਰ ਆਪਾਂ ਰਿਪੇਅਰ ਕਰਦੇ ਹਾਂ। ਇਹ ਜਿਹੜੀ ਪਾਵਰ ਸਟੀਅਰਿੰਗ ਵਾਲੀ ਮੋਟਰ ਹੈ ਰਿਪੇਅਰ ਹੋ ਚੁੱਕੀ ਹੈ। ਇਹਦਾ ਕਲੱਚ ਵੀ ਸਹੀ ਵਰਕ ਕਰਨ ਲੱਗ ਗਿਆ, ਅਤੇ ਮੋਟਰ ਦਾ ਆਪਾਂ ਬਾਡੀ ਧਰ ਕੇ ਦੇਖਦੇ ਹਾਂ ਕੀ ਸਿਸਟਮ ਹੈ। ਇਹਦੇ ਕਾਰਬਨ ਖਰਾਬ ਹੋਏ ਹੋਏ ਸੀਗੇ, ਕਾਰਬਨ ਲਗਾਤੇ ਆ। ਹੁਣ ਕਲੱਚ ਦੇਖੋ, ਮੈਂ ਤੁਹਾਨੂੰ ਦਿਖਾਉਣਾ ਕਲੱਚ ਕਿਵੇਂ ਕੰਮ ਕਰਦਾ ਹੁੰਦਾ। ਦੇਖੋ ਆਹ ਨੈਗੇਟਿਵ ਤਾਰ ਲਗਾਈ ਆਪਾਂ ਇਹ 'ਚ। ਇਹਦੇ ਵਿੱਚ ਚਾਰ ਤਾਰਾਂ ਹੁੰਦੀਆਂ ਹੋਲਡਰ 'ਚ, ਦੋ ਕਲੱਚ ਦੀਆਂ ਹੁੰਦੀਆਂ ਅਤੇ ਦੋ ਤਾਰਾਂ ਇਹਦੀਆਂ ਹੁੰਦੀਆਂ। ਇਹ ਆਪਾਂ ਨੈਗੇਟਿਵ ਤਾਰ ਲਗਾਈ, ਪੋਜ਼ਿਟਿਵ ਆਪਾਂ ਆਹ ਜਿਹੜੀ ਪੋਜ਼ਿਟਿਵ ਹੈ ਪੋਜ਼ਿਟਿਵ ਲਗਾਵਾਂਗੇ, ਦੇਖੋ ਕਲੱਚ ਕੰਮ ਕਰੂ। ਦੇਖੋ ਇੱਦਾਂ ਕੰਮ ਕਰਦਾ ਹੁੰਦਾ ਕਲੱਚ। ਇਹ ਜਦੋਂ ਨਾਲ ਜੁੜ ਜਾਂਦਾ ਉਦੋਂ ਫਿਰ ਸਾਰਾ ਵਰਕ ਕਰਨ ਲੱਗਦਾ, ਇਹ ਸਾਰੀ ਮੋਟਰ ਸਟੀਅਰਿੰਗ ਨਾਲ ਕੰਮ ਕਰਨ ਲੱਗ ਜਾਂਦੀ। ਹੁਣ ਇਹਦੀ ਆਪਾਂ ਜਿਹੜੀ ਬਾਡੀ ਧਰ ਕੇ ਦੇਖਾਂਗੇ ਵਿੱਚ ਵੀ ਮੋਟਰ ਵਰਕ ਕਰਦੀ ਹੈ ਪ੍ਰੋਪਰ। ਵੈਸੇ ਆਪਾਂ ਚੈੱਕ ਕਰਦੇ ਹਾਂ ਜੇ ਨਟ ਨਹੀਂ ਲਗਾਉਂਦੇ, ਜੇ ਆਪਾਂ ਵਾਇਰ ਕਨੈਕਸ਼ਨ ਕਰ ਲਈਏ। ਹੁਣ ਆਪਾਂ ਇਹ ਕਨੈਕਸ਼ਨ ਕਰਕੇ ਦੇਖਾਂਗੇ। ਇਹ ਨੈਗੇਟਿਵ ਤਾਰ ਲਗਾਓ, ਇਹ ਪੋਜ਼ਿਟਿਵ। ਦੇਖੋ ਮੋਟਰ ਆਪਣੀ ਚੱਲ ਪਈ। ਇਹ ਵੀ ਨੈਗੇਟਿਵ ਪੋਜ਼ਿਟਿਵ ਬਦਲਦੇ ਰਹਿੰਦੇ ਆ। ਇਹ ਸਟੀਅਰਿੰਗ ਜਦੋਂ ਆਪਾਂ ਲੈਫਟ ਰਾਈਟ ਸਾਈਡ ਘੁੰਮਾਉਂਦੇ ਹਾਂ ਉਸ ਤਰ੍ਹਾਂ ਮੋਟਰ ਦੇ ਰੋਟੇਸ਼ਨ ਚੇਂਜ ਹੁੰਦੀ ਰਹਿੰਦੀ ਹੈ, ਅਰਥ ਕਰੰਟ ਬਦਲਦੇ ਰਹਿੰਦੇ ਇਹਨਾਂ ਦੇ। ਦੂਸਰੇ ਰੇਟ ਲਾਵਾਂਗੇ, ਦੂਸਰੇ ਰੇਟ ਵੀ ਘੁੰਮਾਉਂਦੇ ਆ ਮੋਟਰ ਸਹੀ ਵਰਕ ਕਰਦਾ। ਇਹ ਮੋਟਰ ਰਿਪੇਅਰ ਹੋ ਚੁੱਕੀ ਹੈ। ਪਾਵਰ ਸਟੀਅਰਿੰਗ ਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ ਮੇਨਲੀ। ਇੱਕ ਇਹ ਮੋਟਰ ਹੈ, ਟੋਰਕ ਸੈਂਸਰ ਹੈ, ਅਤੇ EPS ਮੋਡਿਊਲ ਹੈ। ਇਹ ਤਿੰਨੇ ਚੀਜ਼ਾਂ ਨਾਲ ਸਟੀਅਰਿੰਗ ਜਿਹੜਾ ਪਾਵਰ ਬਣ ਜਾਂਦਾ। ਹੁਣ ਅੱਗੇ ਇਹਨਾਂ ਦੇ ਜਿਹੜੇ ਕਨੈਕਸ਼ਨ ਆ ਉਹ ਮੈਂ ਸਮਝਾਊਂਗਾ ਵੀ ਕਨੈਕਸ਼ਨ ਕਿਸ ਤਰੀਕੇ ਨਾਲ ਹੁੰਦੇ ਇਹਨਾਂ ਦੇ, ਟੋਰਕ ਸੈਂਸਰ ਦੇ ਕਨੈਕਸ਼ਨ ਕਿਵੇਂ ਹੁੰਦੇ। ਇਹ ਫੋਰ ਵਾਇਰ ਹੈ। EPS ਦੇ ਜਿਹੜੇ ਕਨੈਕਸ਼ਨ ਆਉਂਦੇ ਆ, ਜਿਹੜੀਆਂ ਇਹਨਾਂ ਦੇ ਵਾਇਰ ਲੱਗਦੇ ਆ, ਉਹਨਾਂ ਦੇ ਕਨੈਕਸ਼ਨ ਕਿਸ ਤਰੀਕੇ ਨਾਲ ਹੁੰਦੇ ਆ ਮੈਂ ਸਾਰਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਡਿਟੇਲ ਦੇਊਂਗਾ। ਮੋਟਰ ਦੀ ਵਾਇਰਿੰਗ ਦੀ, ਟੋਰਕ ਸੈਂਸਰ ਦੀ ਵਾਇਰਿੰਗ ਦੀ ਅਤੇ EPS ਦੀ ਵਾਇਰਿੰਗ ਦੀ ਆਪਾਂ ਗੱਲ ਕਰਦੇ ਹਾਂ। ਇਹ ਜਿਹੜੀਆਂ ਮੋਟਰ ਹੈ, ਇਹ ਮੋਟਰ ਦੇ ਕਨੈਕਸ਼ਨ ਚਾਰ ਨੇ, ਕਈਆਂ ਦੇ ਦੋ ਵੀ ਹੁੰਦੇ ਨੇ। ਇਹਦੇ ਵਿੱਚ ਚਾਰ ਨੇ, ਚਾਰ ਕਨੈਕਸ਼ਨ ਕਿਸ ਲਈ ਨੇ, ਜਿਵੇਂ ਦੋ ਕਨੈਕਸ਼ਨ ਨੈਗੇਟਿਵ ਪੋਜ਼ਿਟਿਵ ਦੇ ਹੋ ਗਏ, ਜਿਹੜੇ ਦੋ ਹੋਰ ਕਨੈਕਸ਼ਨ ਨੇ ਉਹ ਕਲੱਚ ਦੇ ਹੋ ਗਏ।
इस तरीके ने मैगनेट बन जाते थे जी, एक इधर खिंच लेंदा मैगनेट बनाने वास्ते, क्लच इधर नाल लग के फिर आर्मेचर घूमन लग जाता, नाल स्टेयरिंग घूमद। ये जो होल्डर है ईपीएस मड्यूल लगा हूँ, ये जो लैफ्ट राइट मोड़ते हैं आप उदो नैगेटिव पॉजिटिव बदल के मोटर उस तरीके रोटेट करती है, उस तरीके काम करती है। ईपीएस मड्यूल लगे होंगे फोर वायर प्लग। इस तो बाद जी टॉर्क सेंसर आ गया, टॉर्क ये जड़ा हैगा इधरले पासे कसा हुंदा, ये स्टीयरिंग है पूरा पे इधर देखो, इधरले पासे टॉर्क सेंसर इहदे विच कसा हुंदा, जो लैफ्ट राइट रोटेट करदा स्टीयरिंग उदो इस तरह इदा हल्की जी मूवमेंट होंदी है, उदो सेंस करके जिहड़ी ये मड्यूला सेंस करके मोटर नूं दिंदा, फिर उस तो बाद मोटर रोटेट कर दी। ये जिहड़े कनैक्शन है ये फोर वायर कनैक्शन ने, ये किवें ने, ये फाइव वोल्ट है, फाइव वोल्ट आउंदी है, ये ग्राउंड आउंदा है, ये नैगेटिव पॉजिटिव जिवें लैफ्ट राइट दियां वायर सिग्नल आ गए जिहड़ी पल्स मिलती है अपन, ये जिहड़ी पल्स है ये ईपीएस मड्यूल नूं दिंदा, इत्थे कस के इस तरीके नाल ये लग जांदा। इस तो बाद जिहड़ी ये वायर है ये मड्यूल दे विच लग जांदी, ईपीएस मड्यूल दे विच इस हेड लग जाती है। उस तो बाद जो ईपीएस मड्यूल का ये वाला होल्डर है, ये देखो कनैक्शन देखो किन्ने दिस रहे हैं, ये जी मेन सप्लाई है 12 वोल्ट फ्यूज राही आती है, एक यदा ग्राउंड होंगे टर्मिनल, जिहड़ियां दूसरियां वायर आ गईयां 3 4 5 6 6 वायर ने, इन्हां दे भी कनैक्शन मैं समझाऊंगा किदां किदां किवें कनैक्शन लगदे इन्हां दे, वो शू इहदे विच पै जांदा जिहड़ा मेन सब पावर सप्लाई वाला, इहदे विच मोटर वाला शू पैंदा है, ठीक है जी, इहदे विच टॉर्क सेंसर वाला शू पैंदा, ठीक है जी, इहनूं ईपीएस मड्यूल कह दिंदे आपां, इह जिहड़ा कंट्रोल करदा सारे स्टीयरिंग। इस तो बाद जिहड़े जिहड़े इधरले होल्डर वाले कनैक्शन ने मैं समझाऊंगा किवें किवें होंदे ने, मैं समझाता। देखो जी आप गड्डी दे विच आ गए, ये जिहड़े आ दूसरा जिहड़ा होल्डर दस्सिया सी जिहड़ा ईपीएस मड्यूल दे विच लगदा, ये होल्डर ये जिहड़ी पॉजिटिव आ गई 12 वोल्ट स्विच लगी तो पॉजिटिव आ गई, ये ग्राउंड आ गया आप जिहड़ियां इहदे विच ये तारां ने, इहदे विच फोर वायर ने, ठीक है जी, जिहड़ी काली चिट्टी धारी आ गई ये हैगी है पॉजिटिव 12 वोल्ट, एक जिहड़ी आ चॉकलेटी आ गई ये वाली, ये जिहड़ी आउंदी आ अपने ईसीएम च आउंदी आ, जिहड़ी तीजी वायर है ये अपने सिग्नल दी होंदी जिहड़ा मीटर दे विच सिग्नल, जिहड़ी इहदों अगली वायर ओह डमी होंदी आ उहदे विच भी 6 वायर ने, इहदे विच भी 6 ने, वैसे 4 लगियां ने, 2 डमी ने, खाली है पहला 2, ये वायर भी डमी है, 3 वायर ये यूजेबल है, ये वायर के कनैक्शन ने अपना इधर जो मीटर के नाल कर देने कनैक्शन, ये जिवें आ ईपीएस तो आती है, सॉरी ईपीएस नहीं ईसीएम तो आती है ये वायर, ये वाले ठीक है जी, ये 12 वोल्ट आ जाती है, ठीक है जी। दूसरा जिहड़ा मीटर दे विच जिहड़ा इंडिकेशन सैंपल हुंदा है पावर स्टेयरिंग का, एक कोदी हुंदी इहदा नवायर लगे, ये भी फुल वायरिंग है, होर कोई वाधू कोई वायरिंग नहीं हुंदी, यही वायरिंग है LX2 LX हाई बनाई हुई है, पावर स्टेयरिंग बनाई हुई लगाने ईपीएस पे, मोटर रिपेयर हो गई सेंसर जो पाना है ये इदा करके एक पासे फ्री होंगे इदा दूजे पासे टाइट होंगे है एक पासे फ्री है देखो इनू इस तरह वो जी पुली दिस रही है
ਇੱਦਾਂ ਟੇਢਾ ਕਰਕੇ ਪਏਗਾ, ਟੇਢਾ ਕਰਕੇ ਉਦੋਂ ਬਾਅਦ ਇੱਦਾਂ ਘੁਮਾ ਦੇਣਾ, ਪ੍ਰੋਪਰ ਫਿੱਟ ਆ ਜਾਏਗਾ ਇਸ ਤਰ੍ਹਾਂ। ਜਦੋਂ ਨਾਟ ਇੱਥੇ ਉਹ ਕੱਸੇ ਜਾਣਗੇ ਇੱਦਾਂ ਲੱਗੇਗਾ, ਇੱਧਰ ਇਹਦਾ ਪਲੱਗ ਪੈ ਜਾਏਗਾ ਇੱਦਾਂ। ਸਟੀਅਰਿੰਗ ਕੰਪਲੀਟ ਹੋ ਗਿਆ, ਮੋਟਰ ਵੀ ਲਗਾਤੀ ਹੈ, ਟੋਰਕ ਸੈਂਸਰ ਵੀ ਲਗਾਤਾ, ਮੋਟਰ ਵੀ ਲਗਾਤੀ ਹੈ, ਟੋਰਕ ਸੈਂਸਰ ਵੀ ਲਗਾਤਾ, GPS ਵੀ ਲੱਗ ਗਿਆ, ਕਨੈਕਸ਼ਨ ਵੀ ਹੋ ਗਏ। ਫਿੱਟ ਕਰਦੇ ਹਾਂ ਗੱਡੀ ਦੇ ਵਿੱਚ, ਹੁਣ ਫਿੱਟ ਕਰਦੇ ਹਾਂ ਆਪਾਂ। ਸਟੀਅਰਿੰਗ ਫਿਰ ਆਪਣਾ ਕੰਪਲੀਟ ਹੋ ਗਿਆ ਸਾਰਾ ਕੁਝ, ਸਟੀਅਰਿੰਗ ਨਾਲ ਕੱਸਤਾ, ਬਸ ਨਾ ਟਾਈਟ ਕਰਨਾ ਰਹਿੰਦਾ, ਦੂਸਰਾ ਬਸ ਕਨੈਕਸ਼ਨ ਰਹਿੰਦੇ ਕਰਨ ਵਾਲੇ, ਇਹ ਕਰ ਲਈਏ। ਫਿਟਿੰਗ ਇਹਦੀ ਕੰਪਲੀਟ ਹੋ ਗਈ ਹੈ ਸਾਰੀ ਪਾਵਰ ਸਟੀਅਰਿੰਗ ਦੀ, ਦੇਖਾਂਗੇ ਹੁਣ ਆਪਾਂ ਨੂੰ ਸਟਾਰਟ ਕਰਕੇ। ਸਟੀਅਰਿੰਗ ਪੂਰਾ ਸਹੀ ਚੱਲਣ ਲੱਗ ਗਿਆ, ਓਕੇ ਆ ਸਟੀਅਰਿੰਗ, ਓਕੇ ਦੀ ਗ੍ਰੇਟ ਕੰਪਨੀ ਸਟੀਅਰਿੰਗ ਹੁਣ।